ਲੋਕ ਸਭਾ ਹਲਕਾ ਬਠਿੰਡਾ ਅਤੇ ਖੰਡੂਰ ਸਾਹਿਬ ਇਹ ਉਹ ਸੀਟਾਂ ਨੇ ਜਿੱਥੇ ਇੱਕ ਨਾਮ ਵਾਲੇ ਦੋ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਨੇ। ਇੱਕ ਪਾਸੇ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਦੇ ਵਿੱਚ ਨੇ, ਦੂਜਾ ਉਹੀ ਸੀਟ ਤੋਂ ਇੱਕ ਹੋਰ ਗੁਰਮੀਤ ਸਿੰਘ ਚੋਣ ਮੈਦਾਨ ਦੇ ਵਿੱਚ ਨੇ। ਜੇ ਹਲਕਾ ਖੰਡੂਰ ਸਾਹਿਬ ਦੀ ਗੱਲ ਕਰੀਏ ਤਾਂ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਨੇ ਔਰ ਦੂਜਾ ਇੱਕ ਹੋਰ ਅੰਮ੍ਰਿਤਪਾਲ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਉਹੀ ਸੀਟ ਤੋਂ ਨਿਤਰਿਆ ਹੋਇਆ। ਸੋ ਇਹ ਦੋ ਹੌਟ ਸੀਟਾਂ ਨੇ ਜਿੱਥੇ ਇੱਕ ਨਾਮ ਵਾਲੇ ਦੋ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ। ਦਿੱਗਜਾਂ ਦੇ ਬਰਾਬਰ ਆਜ਼ਾਦ ਚੋਣ ਲੜਨਗੇ ਬਠਿੰਡਾ ਅਤੇ ਖੰਡੂਰ ਸਾਹਿਬ। ਇਹ ਦੋ ਸੀਟਾਂ ਨੇ ਜਿੱਥੇ ਗੁਰਮੀਤ ਸਿੰਘ ਖੁੱਡੀਆਂ ਅਤੇ ਅੰਮ੍ਰਿਤਪਾਲ ਸਿੰਘ ਦੇ ਬਰਾਬਰ ਉਹੀ ਨਾਮ ਵਾਲੇ ਚੋਣ ਮੈਦਾਨ ਦੇ ਵਿੱਚ ਨੇ। ਅੰਮ੍ਰਿਤਪਾਲ ਸਿੰਘ ਵਾਲੇ ਦੋ ਉਮੀਦਵਾਰਾਂ ਨੇ ਨੋਮੀਨੇਸ਼ਨ ਭਰੇ ਨੇ ਔਰ ਦੂਜੇ ਪਾਸੇ ਗੁਰਮੀਤ ਸਿੰਘ ਵਾਲੇ ਵੀ ਦੋ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ। ਇੱਕ ਗੁਰਮੀਤ ਸਿੰਘ ਖੁੱਡੀਆਂ ਜੋ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਦੇ ਨੇ ਔਰ ਉਹਨਾਂ ਦੇ ਬਰਾਬਰ ਇੱਕ ਹੋਰ ਗੁਰਮੀਤ ਸਿੰਘ ਨੇ ਔਰ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਖੰਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਨੇ ਔਰ ਖੰਡੂਰ ਸਾਹਿਬ ਤੋਂ ਹੀ ਇੱਕ ਹੋਰ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਹੈ। ਸੋ ਇੱਕੋ ਹਲਕੇ ਤੋਂ ਇਹ ਉਮੀਦਵਾਰ ਚੋਣ ਲੜ ਰਹੇ ਨੇ। ਕਈ ਵਾਰ ਪਾਰਟੀਆਂ ਦੇ ਸਿਆਸੀ ਸਟੰਟ ਵੀ ਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਵੋਟਰਾਂ ਨੂੰ ਵੋਟ ਪਾਉਂਦੇ ਸਮੇਂ ਭੁਲੇਖਾ ਲੱਗ ਜਾਵੇ। 2022 ਦੇ ਵਿੱਚ ਵੀ ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ ਚੋਣ ਮੈਦਾਨ ਦੇ ਵਿੱਚ ਸੀ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੀ ਚਰਨਜੀਤ ਸਿੰਘ ਚੰਨੀ ਚੋਣ ਮੈਦਾਨ ਦੇ ਵਿੱਚ ਸਨ। ਹਾਲਾਂਕਿ ਆਮ ਆਦਮੀ ਪਾਰਟੀ ਦੇ ਚਰਨਜੀਤ ਸਿੰਘ ਚੰਨੀ ਨੇ ਜਿੱਤ ਹਾਸਲ ਕੀਤੀ। ਸੋ ਹੁਣ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਠਿੰਡਾ ਅਤੇ ਖੰਡੂਰ ਸਾਹਿਬ ਹੌਟ ਸੀਟਾਂ ਨੇ ਔਰ ਇਹਨਾਂ ਦੋ ਹੌਟ ਸੀਟਾਂ 'ਤੇ ਇੱਕ ਨਾਮ ਵਾਲੇ ਦੋ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ। ਗੁਰਮੀਤ ਸਿੰਘ ਦੇ ਬਰਾਬਰ ਗੁਰਮੀਤ ਸਿੰਘ, ਅੰਮ੍ਰਿਤਪਾਲ ਸਿੰਘ ਦੇ ਬਰਾਬਰ ਅੰਮ੍ਰਿਤਪਾਲ ਸਿੰਘ ਔਰ ਬਹੁਤੀ ਵਾਰ ਇਹ ਵੋਟਰਾਂ ਨੂੰ ਭੁਲੇਖਾ ਪਾਉਣ ਦੇ ਵਿੱਚ ਹੀ ਦੂਸਰੇ ਨਾਮ ਵਾਲੇ ਉਮੀਦਵਾਰ ਐਲਾਨੇ ਜਾਂਦੇ ਨੇ, ਚੋਣ ਮੈਦਾਨ ਦੇ ਵਿੱਚ ਉਤਾਰੇ ਜਾਂਦੇ ਨੇ ਤਾਂ ਜੋ ਵੋਟਰ ਵੋਟ ਪਾਉਂਦੇ ਸਮੇਂ ਭੁਲੇਖਾ ਖਾ ਜਾਣ। ਸੋ ਇਹ ਦੋ ਸੀਟਾਂ ਨੇ ਜਿੱਥੇ ਇੱਕ ਨਾਮ ਵਾਲੇ ਦੋ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ, ਬਠਿੰਡਾ ਅਤੇ ਖੰਡੂਰ ਸਾਹਿਬ। ਲੋਕ ਸਭਾ ਹਲਕਾ ਬਠਿੰਡਾ ਅਤੇ ਖੰਡੂਰ ਸਾਹਿਬ ਇਹ ਉਹ ਸੀਟਾਂ ਨੇ ਜਿੱਥੇ ਇੱਕ ਨਾਮ ਵਾਲੇ ਦੋ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਨੇ। ਇੱਕ ਪਾਸੇ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਦੇ ਵਿੱਚ ਨੇ, ਦੂਜਾ ਉਹੀ ਸੀਟ ਤੋਂ ਇੱਕ ਹੋਰ ਗੁਰਮੀਤ ਸਿੰਘ ਚੋਣ ਮੈਦਾਨ ਦੇ ਵਿੱਚ ਨੇ। ਜੇ ਹਲਕਾ ਖੰਡੂਰ ਸਾਹਿਬ ਦੀ ਗੱਲ ਕਰੀਏ ਤਾਂ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਨੇ ਔਰ ਦੂਜਾ ਇੱਕ ਹੋਰ ਅੰਮ੍ਰਿਤਪਾਲ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਉਹੀ ਸੀਟ ਤੋਂ ਨਿਤਰਿਆ ਹੋਇਆ। ਸੋ ਇਹ ਦੋ ਹੌਟ ਸੀਟਾਂ ਨੇ ਜਿੱਥੇ ਇੱਕ ਨਾਮ ਵਾਲੇ ਦੋ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ। ਦਿੱਗਜਾਂ ਦੇ ਬਰਾਬਰ ਆਜ਼ਾਦ ਚੋਣ ਲੜਨਗੇ ਬਠਿੰਡਾ ਅਤੇ ਖੰਡੂਰ ਸਾਹਿਬ। ਇਹ ਦੋ ਸੀਟਾਂ ਨੇ ਜਿੱਥੇ ਗੁਰਮੀਤ ਸਿੰਘ ਖੁੱਡੀਆਂ ਅਤੇ ਅੰਮ੍ਰਿਤਪਾਲ ਸਿੰਘ ਦੇ ਬਰਾਬਰ ਉਹੀ ਨਾਮ ਵਾਲੇ ਚੋਣ ਮੈਦਾਨ ਦੇ ਵਿੱਚ ਨੇ। ਅੰਮ੍ਰਿਤਪਾਲ ਸਿੰਘ ਵਾਲੇ ਦੋ ਉਮੀਦਵਾਰਾਂ ਨੇ ਨੋਮੀਨੇਸ਼ਨ ਭਰੇ ਨੇ ਔਰ ਦੂਜੇ ਪਾਸੇ ਗੁਰਮੀਤ ਸਿੰਘ ਵਾਲੇ ਵੀ ਦੋ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ। ਇੱਕ ਗੁਰਮੀਤ ਸਿੰਘ ਖੁੱਡੀਆਂ ਜੋ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਦੇ ਨੇ ਔਰ ਉਹਨਾਂ ਦੇ ਬਰਾਬਰ ਇੱਕ ਹੋਰ ਗੁਰਮੀਤ ਸਿੰਘ ਨੇ ਔਰ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਖੰਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਨੇ ਔਰ ਖੰਡੂਰ ਸਾਹਿਬ ਤੋਂ ਹੀ ਇੱਕ ਹੋਰ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਹੈ।
ਸੋ ਇੱਕੋ ਹਲਕੇ ਤੋਂ ਇਹ ਉਮੀਦਵਾਰ ਚੋਣ ਲੜ ਰਹੇ ਨੇ। ਕਈ ਵਾਰ ਪਾਰਟੀਆਂ ਦੇ ਸਿਆਸੀ ਸਟੰਟ ਵੀ ਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਵੋਟਰਾਂ ਨੂੰ ਵੋਟ ਪਾਉਂਦੇ ਸਮੇਂ ਭੁਲੇਖਾ ਲੱਗ ਜਾਵੇ। 2022 ਦੇ ਵਿੱਚ ਵੀ ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ ਚੋਣ ਮੈਦਾਨ ਦੇ ਵਿੱਚ ਸੀ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੀ ਚਰਨਜੀਤ ਸਿੰਘ ਚੰਨੀ ਚੋਣ ਮੈਦਾਨ ਦੇ ਵਿੱਚ ਸਨ। ਹਾਲਾਂਕਿ ਆਮ ਆਦਮੀ ਪਾਰਟੀ ਦੇ ਚਰਨਜੀਤ ਸਿੰਘ ਚੰਨੀ ਨੇ ਜਿੱਤ ਹਾਸਲ ਕੀਤੀ। ਸੋ ਹੁਣ ਲੋਕ ਸਭਾ ਦੀਆਂ ਚੋਣਾਂ ਨੇ, ਚੋਣਾਂ ਦੇ ਵਿੱਚ ਬਠਿੰਡਾ ਅਤੇ ਖੰਡੂਰ ਸਾਹਿਬ ਹੌਟ ਸੀਟਾਂ ਨੇ ਔਰ ਇਹਨਾਂ ਦੋ ਹੌਟ ਸੀਟਾਂ 'ਤੇ ਇੱਕ ਨਾਮ ਵਾਲੇ ਦੋ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ। ਗੁਰਮੀਤ ਸਿੰਘ ਦੇ ਬਰਾਬਰ ਗੁਰਮੀਤ ਸਿੰਘ, ਅੰਮ੍ਰਿਤਪਾਲ ਸਿੰਘ ਦੇ ਬਰਾਬਰ ਅੰਮ੍ਰਿਤਪਾਲ ਸਿੰਘ ਔਰ ਬਹੁਤੀ ਵਾਰ ਇਹ ਵੋਟਰਾਂ ਨੂੰ ਭੁਲੇਖਾ ਪਾਉਣ ਦੇ ਵਿੱਚ ਹੀ ਦੂਸਰੇ ਨਾਮ ਵਾਲੇ ਉਮੀਦਵਾਰ ਐਲਾਨੇ ਜਾਂਦੇ ਨੇ, ਚੋਣ ਮੈਦਾਨ ਦੇ ਵਿੱਚ ਉਤਾਰੇ ਜਾਂਦੇ ਨੇ ਤਾਂ ਜੋ ਵੋਟਰ ਵੋਟ ਪਾਉਂਦੇ ਸਮੇਂ ਭੁਲੇਖਾ ਖਾ ਜਾਣ। ਸੋ ਇਹ ਦੋ ਸੀਟਾਂ ਨੇ ਜਿੱਥੇ ਇੱਕ ਨਾਮ ਵਾਲੇ ਦੋ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ, ਬਠਿੰਡਾ ਅਤੇ ਖੰਡੂਰ ਸਾਹਿਬ।